ਸਭ ਤੋਂ ਪਹਿਲਾਂ ਸਾਰੀ ਸੰਗਤ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਉਹਨਾਂ ਦੇ ਚਰਨਾਂ 'ਚ ਮੈਂ ਆਪਣਾ ਸਿਰ ਨਵਾ ਕੇ ਮੇਰੇ ਬੜੇ ਭਾਵੁਕ ਸਮਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਪਿੰਡ ਦਾ ਜੋ ਹਾਲਤ ਸੀਗੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਕਿਸ ਤਰ੍ਹਾਂ ਮੈਨੂੰ ਮੇਰੇ 'ਤੇ ਸਾਰੀ ਸੂਈ ਲਿਆਉਂਦੀ, ਜਦਕਿ ਮੈਂ ਸੱਚਾਈ ਦੱਸਦਾ ਮੈਨੂੰ 2 ਘੰਟੇ ਪਹਿਲਾਂ ਜਾਂ 2.5 ਘੰਟੇ ਪਹਿਲਾਂ ਮੈਨੂੰ ਕੁਛ ਨਹੀਂ ਪਤਾ ਕਿ ਹਾਂ ਵੀ ਇਹ ਇਸ ਪਾਸੇ ਨੂੰ ਫੈਸਲਾ, ਕਿਉਂਕਿ ਮੈਂ ਆਪ ਚਾਹੁੰਦਾ ਨਹੀਂ ਸੀਗਾ ਕਿ ਕੁਛ ਸਮਾਂ ਦੇਣਾ ਪੈਣਾ ਮੈਨੂੰ। ਜਿਸ ਦਿਨ ਦਾ ਤੁਸੀਂ ਸੁਸਾਇਟੀ ਸਾਜੀ ਸੀਗੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਸਾਰੀ ਰਾਤ ਲਾ ਕੇ ਉਹ ਸੁਸਾਇਟੀ ਨੂੰ ਉੱਪਰ ਲੈ ਕੇ ਆਇਆ। ਹੁਣ ਤੁਸੀਂ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ, ਮੈਂ ਵੱਡਾ ਭਰਾਵਾਂ ਨਾਲ ਆਪਣੇ ਜਵਾਈਆਂ ਨਾਲ ਭੈਣਾਂ ਨਾਲ ਅਤੇ ਤੁਹਾਡੇ ਨਾਲ ਜਿਹੜੇ ਪਿੰਡ ਦੇ ਮੇਰੇ ਸਭ ਤੋਂ ਜ਼ਿਆਦਾ ਮੇਰੇ ਲਈ ਉਹਦੇ ਨਾਲ ਮੈਰੀ ਮੈਂ ਹੁਣ ਮੇਰੇ ਕੋਲ ਲਫਜ਼ ਨਹੀਂ ਕਿ ਜਿਹਨਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਮੇਰੀ ਪਹਿਲ ਹੋਏਗੀ, ਮੈਂ ਬਹੁਤ ਬਹੁਤ ਜ਼ਿਆਦਾ ਸੋਚ ਹੈ ਪਿੰਡ ਲਈ ਕਿ ਮੈਂ ਪਿੰਡ ਲਈ ਆਹ ਕਰਾਂ, ਮੇਰੇ ਲਈ ਆਹ ਹੋ ਸਕਦਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪਿੰਡ ਦੀਆਂ ਗਲੀਆਂ ਮੈਂ ਰੰਗ ਕਰਾ ਦੂੰਗਾ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਹੋਵੇ। ਤੁਹਾਡੇ ਤੋਂ ਬਿਨਾਂ ਕੋਈ ਵੀ ਫੈਸਲਾ ਅੱਜ ਨਹੀਂ ਲਿਆ ਜਾਏਗਾ। ਅੱਜ ਜੇ ਮੈਨੂੰ ਸਰਪੰਚ ਬਣਾਇਆ, ਇਹ ਸਾਰੇ ਵੱਡੇ ਛੋਟੇ ਦਰਜਾ ਬਦਰਜਾ ਇਹ ਸਮਝ ਲੈਣ ਕਿ ਤੁਸੀਂ ਸਰਪੰਚ ਹੋ, ਮੈਂ ਨਹੀਂ, ਇਹ ਤੁਸੀਂ ਕਰਨੀ ਹੈ, ਤੁਸੀਂ ਮੈਨੂੰ ਸੇਧ ਦੇਣੀ ਹੈ, ਤੁਸੀਂ ਮੈਨੂੰ ਤੋਰਨਾ ਹਾਂ ਵੀ ਕਿਹੜਾ ਕਿਹੜਾ ਕੰਮ ਹੋਣ ਵਾਲਾ। ਕੋਈ ਗਤੀਰੋਧ ਨਹੀਂ, ਕੋਈ ਇਹੋ ਜਿਹਾ ਨਹੀਂ, ਮੇਰਾ ਇੱਥੇ ਤੱਕ ਵੀ ਕੋਸ਼ਿਸ਼ ਹੋਊਗੀ ਕਿ ਪਿੰਡ 'ਚ ਬਹੁਤ ਸਾਰੇ ਕੰਮ ਕਰਨ ਵਾਲੇ ਨੇ, ਕੋਈ ਇਕੱਲਾ ਕੋਈ ਸ਼ੇਰ ਨਹੀਂ। ਤੁਹਾਡੇ ਨਾਲ ਹੀ ਜਿੱਦਾਂ ਤੁਸੀਂ ਇਹ ਫੈਸਲਾ ਚ ਲਿਆ, ਇੱਦਾਂ ਹੀ ਜੇ ਤੁਸੀਂ ਮੇਰਾ ਸਾਥ ਦੇਣਾ ਫਿਰ ਆਪਾਂ ਪਿੰਡ ਨੂੰ ਪੂਰੇ ਵਰਲਡ 'ਚ ਇਹਦਾ ਨਾਮ ਬਣਾਵਾਂਗੇ, ਪੂਰੀ ਦੁਨੀਆ 'ਚ। ਤੁਹਾਡੇ ਸਾਥ ਤੋਂ ਬਿਨਾਂ ਮੈਂ ਕੁਛ ਨਹੀਂ ਕਰ ਸਕਦਾ, ਸਾਰਿਆਂ ਦਾ ਸਾਥ ਚਾਹੀਦਾ। ਮੈਂਬਰਾਂ ਦੀ ਗੱਲ, ਸਾਰਾ ਪਿੰਡ ਮੈਂਬਰ ਹੋਏਗਾ, ਜਿਹੜਾ ਉਹਦਾ ਚਾਹੁੰਦੇ ਉਹਨਾਂ ਨੂੰ ਉਹਦਾ ਮਿਲਣਾ ਮਿਲੇਗਾ, ਹਰ ਇੱਕ ਦਾ ਸਤਿਕਾਰ ਹੋਏਗਾ। ਇਹ ਨਹੀਂ ਬੱਚਾ ਛੋਟਾ ਬੱਚਾ ਵੀ ਅਤੇ ਜਿਹੜਾ ਸਾਡੇ ਬਜ਼ੁਰਗ ਉਹਨਾਂ ਦਾ ਤਾਂ ਸਤਿਕਾਰ ਬਹੁਤ ਪਰੇ ਹੋਏਗਾ, ਬਹੁਤ ਵਧੀਆ ਤਰੀਕੇ ਨਾਲ ਹੋਏਗਾ। ਮੈਂ ਮੈਨੂੰ ਸਾਨੂੰ ਇਹ ਮੈਨੂੰ ਮਾਹੌਲ ਦਿਓ ਕਿ ਆਪਾਂ ਪਿੰਡ ਵਿੱਚ ਕੋਈ ਵਧੀਆ ਸੋਚ ਨਾਲ ਵਧੀਆ ਤਰੀਕੇ ਨਾਲ ਚੱਲੀਏ, ਜਿਹ 'ਚ ਤੁਹਾਡਾ ਸਾਥ। ਮੈਂ ਵਾਰ ਵਾਰ ਕਹਿ ਰਿਹਾ ਮੇਰਾ ਪਿੰਡ ਤੁਹਾਡਾ ਸਾਥ ਮੈਨੂੰ ਜ਼ਰੂਰ ਚਾਹੀਦਾ, ਮੈਂ ਤਾਂ ਇਹ ਅਹੁਦੇ ਨੂੰ ਸੰਭਾਲਾਂਗਾ ਜੇ ਤੁਸੀਂ ਮੇਰੇ ਨਾਲ ਇਹ ਪ੍ਰਣ ਕਰ ਦਿਓ ਕਿ ਹਾਂ ਵੀ ਠੀਕ ਹੈ ਅਸੀਂ ਤਾਂ ਨਾਲ। ਅਤੇ ਉਸ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਜਿਹੜਾ ਤੁਸੀਂ ਫੈਸਲਾ ਲਿਆ, ਹੋ ਸਕਦਾ ਕੋਈ ਕਈ ਸੱਜਣ ਨੂੰ ਬੁਲਾ ਨਹੀਂ ਸਕੇ, ਮੈਨੂੰ ਵੀ ਨਹੀਂ ਪਤਾ ਕਿਹਨੂੰ ਕਿਹਨੂੰ ਬੁਲਾਉਣਾ ਕਿੱਦਾਂ ਕਿੱਦਾਂ ਹੋਇਆ, ਇੱਕ ਜਿਹੜਾ ਥੋੜ੍ਹੇ ਸਮੇਂ 'ਚ ਹੀ ਸਾਰਾ ਹੋ ਗਿਆ। ਅਤੇ ਮੈਂ ਉਹਨਾਂ ਬੰਦਿਆਂ ਕੋਲ ਉਹਨਾਂ ਪਰਿਵਾਰਾਂ ਕੋਲ ਮਾਫ਼ੀ ਮੰਗਣਾ ਚਾਹੁੰਦਾ ਜਿਹਨਾਂ ਨੂੰ ਸੱਦ ਨਹੀਂ ਸਕੇ, ਜਿਹਨਾਂ ਨੂੰ ਦੱਸ ਨਹੀਂ ਸਕੇ, ਈਵਨ ਮੈਂ ਆਪਣੇ ਘਰ ਵੀ ਨਹੀਂ ਦੱਸਿਆ। ਪ੍ਰਮੋਦ ਜੀ ਨੂੰ ਇੱਥੋਂ ਹੀ ਫੋਨ ਕਿਸੇ ਨੇ ਕੀਤਾ, ਠੀਕ ਮੇਰਾ ਕੋਈ ਟਾਰਗੇਟ ਹੋਰ ਸੀਗਾ, ਅਸੀਂ ਸੋਚਦੇ ਪਏ ਕਿ ਸਰਬਸੰਮਤੀ ਹੋ ਜਾਵੇ, ਬਹੁਤ ਵਧੀਆ ਮੁੰਡੇ ਜਿਹੜੇ ਕੰਮ ਕਰਨ ਵਾਲੇ ਯੰਗ ਉਹ ਅੱਗੇ ਕਰਨ। ਅੱਜ ਵੀ ਮੈਂ ਕਹਿੰਦਾ ਉਹੋ ਹੀ ਬੰਦੇ ਅੱਗੇ ਆਉਣਗੇ, ਪਰ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਕੁਛ ਵੀ ਚੱਲਣਾ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿ ਜੇ ਆਪਾਂ ਇਹ ਗਤੀਰੋਧ ਖਤਮ ਕਰਨਾ, ਕੋਈ ਗੱਲਾਂ ਨਹੀਂ, ਕੋਈ ਬਾਤਾਂ ਨਹੀਂ, ਜੋ ਜੇ ਆ ਦੋ ਬੰਦਿਆਂ ਨੇ ਉੱਠ ਕੇ
ਥੋੜ੍ਹਾ ਜਿਹਾ ਹੱਲਾ ਮਾਰਿਆ ਅਤੇ ਦੇਖੋ ਇਹ ਵੀ ਹੱਲ ਹੋ ਗਿਆ। ਕਿਉਂਕਿ ਮੈਂ ਆਪਣੇ ਸਿਰ 'ਤੇ ਗੱਲ ਲੈਣਾ ਚਾਹੁੰਦਾ ਕਿ ਮੇਰੀ ਜ਼ਿੰਮੇਵਾਰੀ ਹੋਏਗੀ ਕਿ ਕਿਸ ਤਕਨੀਕ ਨਾਲ, ਕਿਸ ਕਾਨੂੰਨ ਨਾਲ, ਕਿਸ ਤਰੀਕੇ ਨਾਲ ਮੇਰੇ ਪਿੰਡ ਦਾ ਸੁਧਾਰ ਹੋ ਸਕਦਾ। ਕਿਉਂਕਿ ਆਪਾਂ ਜੇ ਗੱਲਾਂ ਗਿਣ ਲੱਗੇ ਤਾਂ ਬਹੁਤ ਪਿੱਛੇ ਹਾਂ। ਅਤੇ ਮੇਰਾ ਤੁਹਾਡੇ ਅੱਗੇ ਬੇਨਤੀ, ਤੁਹਾਡੇ ਚਰਨਾਂ ਅੱਗੇ, ਵੱਡੇ ਛੋਟੇ ਸਾਰਿਆਂ ਅੱਗੇ ਇਹ ਬੇਨਤੀ ਹੱਥ ਜੋੜ ਕੇ ਕਿ ਜੇ ਮੈਨੂੰ